ਅੱਜ 26 ਜੁਲਾਈ ਤੋਂ ਸਕੂਲ ਖੋਲ੍ਹਣ ਦੇ ਫੈਸਲੇ ਨੂੰ ਲੈ ਕੇ ਜਿੱਥੇ ਬੱਚਿਆਂ ਦੇ ਮਾਪਿਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵਿੱਚ ਕੋਰੋਨਾ ਦੀ ਤੀਸਰੀ ਲਹਿਰ ਨੂੰ ਲੈ ਕੇ ਡਰ ਦਾ ਮਾਹੌਲ ਵੀ ਬਣਿਆ ਹੋਇਆ। ਇਸ ਦੇ ਚੱਲਦੇ ਉਹਨਾਂ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਡਿਸਟੈਂਸਿੰਗ ਅਤੇ ਸੈਨੇਟਾਈਜੇਸ਼ਨ ਦਾ ਪੂਰਾ ਧਿਆਨ ਰੱਖਣ। ਇਸ ਮੌਕੇ ਗੱਲਬਾਤ ਕਰਦਿਆਂ ਬੱਚਿਆਂ ਅਤੇ ਮਾਪਿਆਂ ਦਾ ਕਹਿਣਾ ਸੀ ਕਿ ਬਹੁਤ ਖੁਸ਼ ਹਨ ਕਿ ਲੰਬੇ ਸਮੇਂ ਤੋਂ ਬੰਦ ਸਕੂਲ ਸਰਕਾਰ ਦੇ ਫੈਸਲੇ ਦੇ ਚੱਲਦਿਆਂ ਖੁੱਲ੍ਹਣ ਜਾ ਰਹੇ ਨੇ ਅਤੇ ਜਲਦ ਹੀ ਉਹ ਆਪਣੇ ਟੀਚਰ ਅਤੇ ਕਲਾਸ ਦੇ ਦੋਸਤਾਂ ਦੇ ਨਾਲ ਬੈਠ ਕੇ ਪਹਿਲਾਂ ਵਾਂਗ ਕਲਾਸਾਂ ਲਗਾ ਸਕਣਗੇ। ਆਨਲਾਈਨ ਕਲਾਸਾਂ ਕਾਰਨ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਤੋਂ ਜਿੱਥੇ ਨਿਜਾਤ ਮਿਲਦੀ ਨਜ਼ਰ ਆਵੇਗੀ, ਉੱਥੇ ਹੀ ਮੋਬਾਈਲ ਫੋਨ ਅਤੇ ਲੈਪਟਾਪ ਤੋਂ ਬੱਚਿਆਂ ਦੀਆਂ ਅੱਖਾਂ 'ਤੇ ਹੋ ਰਹੇ ਅਸਰ ਤੋਂ ਵੀ ਨਿਜਾਤ ਮਿਲੇਗੀ। ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਵਾਲਵੁੱਡ ਅੰਮ੍ਰਿਤਸਰ, ਅੱਜ ਅਸੀਂ ਲਗਭਗ ਆਪਣੇ ਵਿਦਿਆਰਥੀਆਂ ਦੇ ਨਾਲ ਸਕੂਲ ਦੇ ਵਿੱਚ ਕੋਈ 5-5.5 ਮਹੀਨੇ ਤੋਂ ਬਾਅਦ ਇਕੱਠੇ ਹੋਏ ਹਾਂ। ਕੋਵਿਡ ਦਾ ਬੜਾ ਔਖਾ ਦੌਰ ਚੱਲ ਰਿਹਾ ਹੈ। ਸੈਕਿੰਡ ਵੇਵ ਆਉਣ ਤੋਂ ਬਾਅਦ ਫਿਰ ਤੋਂ ਸਕੂਲਾਂ 'ਚ ਲੋਕਡਾਊਨ ਕਰਨਾ ਪਿਆ ਸੀ, ਸਕੂਲ ਬੰਦ ਕਰਨੇ ਪਏ ਸੀ ਸਰਕਾਰ ਨੂੰ। ਹੁਣ ਕਾਫੀ ਸਮੇਂ ਬਾਅਦ ਸਕੂਲ ਖੋਲ੍ਹੇ ਗਏ ਨੇ। ਸਕੂਲ 10ਵੀਂ, 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਵਾਸਤੇ ਖੋਲ੍ਹੇ ਗਏ ਹਨ, ਜਿਸ ਦੇ ਵਿੱਚ ਸੋਸ਼ਲ ਡਿਸਟੈਂਸਿੰਗ, ਸੈਨੇਟਾਈਜੇਸ਼ਨ ਦੇ ਨੋਰਮਸ ਫੋਲੋ ਕਰਨੇ ਜ਼ਰੂਰੀ ਹਨ। ਔਰ ਨਾਲ ਦੀ ਨਾਲ ਹੀ ਸਾਨੂੰ ਗਵਰਨਮੈਂਟ ਵੱਲੋਂ ਵੀ ਹਦਾਇਤ ਹੈ ਕਿ ਜਿਹੜੇ ਵਿਦਿਆਰਥੀ ਵੈਕਸੀਨੇਸ਼ਨ ਲੈਣ ਵਾਸਤੇ ਐਲੀਜੀਬਲ ਹਨ, ਯਾਨੀ ਕਿ ਜਿਹੜੇ ਵਿਦਿਆਰਥੀ 18 ਸਾਲ ਤੋਂ ਵੱਧ ਉਮਰ ਦੇ ਹੋ ਚੁੱਕੇ ਹਨ, ਉਹਨਾਂ ਨੂੰ ਐਜੂਕੇਟ, ਮੋਟੀਵੇਟ ਕਰਕੇ, ਉਹਨਾਂ ਦੇ ਪੇਰੈਂਟਸ ਨੂੰ ਮੋਟੀਵੇਟ ਕਰਕੇ ਉਹਨਾਂ ਬੱਚਿਆਂ ਦੀ ਵੈਕਸੀਨੇਸ਼ਨ ਕਰਵਾਉਣੀ ਜ਼ਰੂਰੀ ਹੈ। ਇਹ ਇੰਸਟਰਕਸ਼ਨ ਮੈਂ ਆਪਣੇ ਸਾਰੇ ਸਟਾਫ ਨਾਲ ਸ਼ੇਅਰ ਕਰ ਚੁੱਕੀ ਹਾਂ। ਮੈਂ ਆਪਣੇ ਪੱਧਰ 'ਤੇ ਵੀ ਔਰ ਅਧਿਆਪਕ ਵੀ ਆਪਣੇ ਪੱਧਰ 'ਤੇ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰਾਂਗੀ। ਅਗਰ ਕਿਸੇ ਬੱਚੇ ਨੂੰ ਕੋਈ ਇਨਫਲੂਐਂਜ਼ਾ ਦਾ ਸਿਮਟਮ ਨਜ਼ਰ ਆਉਂਦਾ ਤਾਂ ਅਧਿਆਪਕਾਂ ਨੂੰ ਇਹੀ ਗਾਈਡ ਕੀਤਾ ਗਿਆ ਕਿ ਉਸ ਬੱਚੇ ਨੂੰ ਤੁਸੀਂ ਕਲਾਸ 'ਚ ਨਹੀਂ ਬਿਠਾਉਣਾ, ਘਰ ਭੇਜ ਦਿੱਤਾ ਜਾਵੇ, ਉਹਨੂੰ ਆਈਸੋਲੇਸ਼ਨ 'ਚ ਰੱਖਿਆ ਜਾਵੇ। ਉਹਦੀ ਟੈਸਟਿੰਗ ਹੋਵੇ, ਇਨ ਕੇਸ ਉਹ ਕੋਵਿਡ ਪੋਜ਼ੀਟਿਵ ਪਾਇਆ ਜਾਂਦਾ ਤਾਂ ਉਹਨੂੰ ਪ੍ਰੋਪਰ ਟ੍ਰੀਟਮੈਂਟ ਦਿਲਵਾਇਆ ਜਾਵੇ। ਸੇਮ ਹਦਾਇਤ ਅਧਿਆਪਕਾਂ ਵਾਸਤੇ ਵੀ ਹੈ। ਤੋ ਕੋਸ਼ਿਸ਼ ਹੈ ਕਿ ਅਗਰ ਸਕੂਲ ਖੁੱਲ੍ਹੇ ਹਨ ਤਾਂ ਇਨਫੈਕਸ਼ਨ ਜ਼ਿਆਦਾ ਵਧੇ ਨਾ, ਪ੍ਰੋਬਲਮ ਜ਼ਿਆਦਾ ਵਧਣ ਨਾ। ਜੇ ਅਸੀਂ ਚੰਗੇ ਮੰਤਵ ਦੇ ਨਾਲ ਸਕੂਲ ਖੋਲ੍ਹੇ ਹਨ ਤਾਂ ਸਾਡਾ ਮੰਤਵ ਪੂਰਾ ਹੋਵੇ, ਸਾਡੇ ਵਿਦਿਆਰਥੀ ਪੜ੍ਹਨ ਚੰਗੇ ਸਨ। ਸਰ ਦੇਖੋ, ਡਰ ਤਾਂ ਪੇਰੈਂਟਸ ਦਾ ਟੂ ਸਮ ਐਕਸਟੈਂਟ ਮੈਂ ਡਿਨਾਈ ਨਹੀਂ ਕਰਦੀ, ਬਿਲਕੁਲ ਸੱਚਾ ਹੈ। ਇਹੀ ਰੀਜ਼ਨ ਹੈ ਕਿ ਅਸੀਂ ਪੇਰੈਂਟਸ ਦੇ ਹੱਥ ਦੇ ਵਿੱਚ ਮੇਰੀ ਗੱਲ ਛੱਡੀ ਹੈ ਕਿ ਅਗਰ ਉਹ ਕੰਸੈਂਟ ਦੇ ਕੇ ਬੱਚੇ ਨੂੰ ਭੇਜਦੇ ਆ ਤਾਂ ਠੀਕ ਹੈ, ਜ਼ਬਰਦਸਤੀ ਕੋਈ ਨਹੀਂ। ਅਸੀਂ ਕਿਸੇ ਦੇ ਕਿਸੇ ਦਾ ਕੋਈ ਦਬਾਅ ਨਹੀਂ ਬਣਾਉਣਾ, ਕਿਸੇ ਨੂੰ ਕੁਛ ਨਹੀਂ ਕਹਿਣਾ। ਪੇਰੈਂਟਸ ਨੇ ਆਪਣੀ ਮਰਜ਼ੀ ਦੇ ਨਾਲ ਬੱਚੇ ਨੂੰ ਸਕੂਲ ਭੇਜਣਾ ਹੈ, ਆਪਣੀ ਜ਼ਿੰਮੇਵਾਰੀ। ਕੀ ਨਾਮ ਹੈ ਆਪਣਾ? ਸਨੇਹਾ। ਨਾਮ ਆਪਕਾ? ਸਨੇਹਾ। ਕੌਣ ਸੀ ਕਲਾਸ ਮੇਂ? ਪਲੱਸ 1 ਏ। ਸਕੂਲ ਕੇ ਆਏ ਹੋ, ਕੈਸਾ ਲੱਗ ਰਿਹਾ ਆਪਕੋ? ਬਹੁਤ ਅੱਛਾ ਲੱਗ ਰਿਹਾ ਹੈ। ਇਹ ਘਰ ਮੇਂ ਬੈਠ ਕੇ ਅੱਛੀ ਪੜ੍ਹਾਈ ਹੋਤੀ ਹੈ? ਘਰ ਮੇਂ ਬੈਠ ਕੇ ਅੱਛੀ ਪੜ੍ਹਾਈ ਨਹੀਂ ਹੋਤੀ, ਆਨਲਾਈਨ ਪੜ੍ਹਾਈ ਅੱਛੀ ਹੋਤੀ ਹੈ, ਬਟ ਇਤਨੀ ਨਹੀਂ ਜਿਤਨੀ ਟੀਚਰ ਕੇ ਆਗੇ ਅੱਛੀ ਹੋਤੀ ਹੈ। ਕਿਉਂ, ਕਾਰਨ ਕਿਆ ਉਸਕੋ? ਕਿਉਂਕਿ ਟੀਚਰ ਪੂਰੀ ਫੋਕਸ ਦੇ ਬੱਚੇ ਕੋ ਪੜ੍ਹਾਤੇ ਹੈ, ਆਨਲਾਈਨ ਕਲਾਸਸ ਮੇਂ ਇਤਨਾ ਨਹੀਂ ਹੋ ਪਾਤਾ। आप स्कूल अच्छा समझते हैं? ऑनलाइन स्कूल बहुत अच्छा लगा। सरकार का क्या धन्यवाद? सरकार का बहुत धन्यवाद, गवर्नमेंट का, जो हमें स्कूल में आने की परमिशन दी है, सो थैंक यू सो मच। व्हाट इज योर नेम? सर माय नेम इज किशा दीपक। आज स्कूल आए, कितने देर बाद कैसा लग रहा है? सर ऐसे हम आज बहुत दिन के बाद स्कूल आए हैं और हम बहुत बहुत थैंकफुल हैं गवर्नमेंट के, जिन्होंने हमें ये मौका दिया कि हम ऑफलाइन क्लासेस अटेंड कर सकें। ऑनलाइन क्लासेस भी बहुत अच्छी चलती थी, लेकिन ऑफलाइन के कंपेरिजन, ऑनलाइन और ऑफलाइन के कंपेरिजन हमें ऑफलाइन अच्छा लगता है। एंड वी आर वेरी थैंकफुल टू द गवर्नमेंट एंड द एजुकेशन डिपार्टमेंट। मेरी यही एडवाइस है कि तुम सारे स्कूल आओ एंड पूरे प्रिकॉशंस ले ना लाओ, देन ऑफलाइन क्लासेस में ज्वाइन कर सकते हैं। माई नेम इज़ अक्षिता, आई एम स्टूडेंट ऑफ 12 कॉमर्स। आज मुझे स्कूल आके ज़्यादा अच्छा लग रहा है। ऑनलाइन स्टडीज भी काफ़ी अच्छी थी, बट ऑफलाइन स्टडीज आर मच बेटर देन ऑनलाइन। मैं आपको यही एडवाइस देना चाहूँगी जो बच्चे आज नहीं आए, कि आप भी आओ और अपनी प्रिकॉशंस के साथ आओ, क्योंकि आप भी अच्छे से पढ़ सकते हैं। एंड आई एम थैंकफुल टू पंजाब गवर्नमेंट फॉर रीओपनिंग द स्कूल्स। कौन सी क्लास में? प्लस 1। क्या कहना चाहोगे आज इतने बच्चे के पास स्कूल आए? देखिए, ऑनलाइन क्लास में इतनी अच्छी तरह से नहीं होता था, मेरे की बहुत ही होते थे स्कूल में, फ्रेंड्स के साथ, मैम के सामने अच्छी तरह से पढ़ाई होगी और मेरे बहुत ही होते थे स्कूल। आवाज़ी कम टीवी लिए अमृतसर तो हिमांशु शर्मा की रिपोर्ट।